किसान मजदूर एकता जिंदाबाद, साडा एकता जिंदाबाद, साडा एकता जिंदाबाद। गंदा पानी बंद करो, गंदा पानी बंद करो। पंजाब सरकार मुर्दाबाद, पंजाब सरकार मुर्दाबाद, मोदी सरकार मुर्दाबाद। सारों का तह दिलों धन्यवाद करता कि जिस तरह तुम पहला ही बहुत लंबे समय तो लड़ाई कर रहे हैं, तिना पीड़ा को कैंसल कराने वास्ते बहुत होर लड़ाइया लड़िया और अज काला पानी आ गया। जिस तरह असि फौज के पहला सुनिया हुंदा सी, मैं भी जिस तरह तुहानू सैकटरी साहब ने बहुत चंगी तरह ब्रीफ किया। साडी फौज कहिंदे सी कि जिन्हों साया देनी उन्हों काले पानी भेज दो। काले पानी एक बंदरगाह तो दूसरी साइड ते सी, क्योंकि उत्थे भेज दिंदे सी बंदे नूं ते वाकई समुंदर दा काला पानी सी। मैं उड़ीसा की बंदरगाह ले जाके आया जिथे कोई किनारा ही है नहीं अगे, उस काले पानी तक कोई पहुंचता नहीं सीगा। सजा का मतलब सी कि दूर दराजे छिड़ दिंदे सी, उहदे कोले कोई नहीं जांदा, किस्मत वाला हुंदा सी तो बच के आ जांदा सी, नहीं तो वह उत्थे ही जानवर जानवर नूं खा के खत्म कर दिंदे सी। अज साडी सरकार ने साढ़े तीन बिल कानून कैंसल करने की बजाए साढ़े पंजाब नूं काला पानी गंदे पानी में उलझा दिता। जिस तरह मैं अज तो 15 दिन पहला मेरे पिंड दे विच 19 पिंडां दा वाटर वर्क्स है, मैं खेती नाल भी आवांगा, 2 मिंट मैं उहदी चानना भी तुहानू पा दां कि सानू पीण वाला पानी भी गंदा दिता जांदा। मैं लुधियाणे दे बुढ़ा जिहड़ा बुढ़ा नाला तुसीं सुणिया होणा गंदा पानी, साडी जंगी मशकां भरियां जांदियां जदों आपणियां कणकां वड्डी दियां हुंदियां खाली वाहन हो जांदे आ उदों साडियां जंगी मशकां भरियां जांदियां। ते उत्थे असीं कैंप लाया सी, उह गंदा नाला लुधियाणे वाला किन्ना गंदा ते मैनूं केसी रही पार करना पै गया। जदों मैनूं आह जिहड़े विच आया ते मैनूं खुद नूं धुरथरियां आउण लग गईआं पाणी वेख के, ते रब दा नां लै के मसां उह किश्ती राहीं उह गंदा नाला पार कीता। ਉਹ ਦਿਨ ਮੈਨੂੰ ਅੱਜ ਤੋਂ 15 ਤੋਂ 17 ਦਿਨ ਵਿੱਚ ਯਾਦ ਆਏ ਜਦੋਂ ਸਾਡੇ ਪਾਣੀ ਪੀਣ ਵਾਲਾ ਗੰਦਾ ਆਇਆ। ਰੱਤੇ ਸੇੜ ਵਾਲੀ ਜਗ੍ਹਾ ਰੱਤੇ ਸੇੜ ਦੇ ਪਿੰਡ ਦੇ ਇੱਥੇ ਸੰਗਤ ਬੈਠੀ ਹੈ, ਮੈਂ ਜਾਨੀ ਸਰ ਪਿੰਡ ਵਿੱਚ ਜਾ ਰਿਹਾ ਸੀ ਤੇ ਉਸ ਨਹਿਰ ਦੇ ਵਿੱਚ ਇਹ ਜਿਹੀਆਂ ਗੰਦੀਆਂ ਚੀਜ਼ਾਂ ਸਿੱਟੀਆਂ ਸੀ ਜਿਹੜੀਆਂ ਆਪਾਂ ਦੱਸ ਨਹੀਂ ਸਕਦੇ ਲੇਡੀ ਯੂਜ ਕਰਦੀ ਹੈ, ਔਰ ਮੈਂ ਇਹਦੀਆਂ ਫੋਟੋ ਖਿੱਚ ਕੇ ਵੀ ਪਾਈਆਂ ਇਹਨਾਂ ਨੂੰ ਵੀ ਸਾਡੀਆਂ ਨਹਿਰਾਂ ਦੀ ਸਫਾਈ ਨਹੀਂ ਕੀਤੀ। ਇੰਨੀਆਂ ਘਿਨੌਣੀਆਂ ਹਰਕਤਾਂ, ਇੰਨੀਆਂ ਨਾ ਬਿਆਨ ਕਰਨ ਵਾਲੀਆਂ ਚੀਜ਼ਾਂ ਨਹਿਰਾਂ ਦੇ ਵਿੱਚ ਸਿੱਟੀਆਂ ਪਈਆਂ, ਗੰਦੇ ਦੀ ਸਫਾਈ ਕੌਣ ਕਰੇਗਾ। ਔਰ ਉਹੀ ਪਾਣੀ ਤੀਸਰੇ ਦਿਨ ਉਹ ਪਾਣੀ ਨਹਿਰ 'ਚ ਆ ਗਿਆ ਤੇ ਨਹਿਰ ਦੇ ਰਾਹੀਂ ਰੱਤੇ ਸੇੜ ਤੋਂ ਸਾਡੇ ਉਹ ਵਾਟਰ ਵਰਕਸ ਨੂੰ ਸਪਲਾਈ ਮਿਲਦੀ ਹੈ। ਮੈਨੂੰ ਸਾਡੇ ਪਿੰਡ ਵਾਲੇ ਕਹਿੰਦੇ ਵੀ ਕੈਪਟਨ ਸਾਹਿਬ ਬਹੁਤ ਗੰਦਾ ਪਾਣੀ ਬੜਾ ਮੁਸ਼ਕ ਮਾਰਦਾ। ਮੈਂ ਵਾਟਰ ਵਰਕਸ ਦੇ ਪੁਆਇੰਟ ਤੇ ਗਿਆ, ਜਦੋਂ ਮੈਂ ਪੁਆਇੰਟ ਤੇ ਗਿਆ ਉਹਨਾਂ ਦੇ ਪਾਣੀ ਜਿਹੜੀ ਸਪਲਾਈ ਚੱਲ ਰਹੀ ਸੀ, ਮੈਂ ਚੌਕੀਦਾਰ ਨੂੰ ਬੁਲਾਇਆ ਵੀ ਤੂੰ ਆਹ ਕੀ ਕਰ ਰਿਹਾ। ਕਹਿੰਦਾ ਸਰ ਮੈਂ ਤਾਂ ਪਹਿਲਾਂ ਹੀ ਆ ਗਈ ਜਿਹੜਾ ਮੈਂ ਹੀ ਕਰਾਂ, ਮੈਂ ਤਾਂ ਪਾਣੀ ਛੱਡਣਾ ਸੀ, ਤੁਸੀਂ ਰੱਤੇ ਸੇੜ ਫੋਨ ਮਾਰੋ। ਮੈਂ ਰੱਤੇ ਸੇੜ ਫੋਨ ਕਰਕੇ ਬੰਦ ਕਰਵਾਇਆ ਪਾਣੀ, ਜਦੋਂ ਮੈਂ ਟੂਟੀਆਂ ਚੈੱਕ ਕੀਤੀਆਂ ਵਾਕਈ ਉਹਦਾ ਇੰਨਾ ਕੁ ਮੁਸ਼ਕ ਮਾਰਦਾ ਸੀ, ਮੈਨੂੰ ਉੱਥੇ ਖੜਨਾ ਮੁਸ਼ਕਲ ਹੋਇਆ ਸੀ। ਉਹ ਗੰਦਾ ਪਾਣੀ ਸਾਨੂੰ ਪੀਣ ਨੂੰ ਛੱਡਿਆ ਸਰਕਾਰ ਨੇ, ਕਿ ਪਹਿਲਾਂ ਤਾਂ ਕਰੋਨਾ ਨੇ ਮਾਰੇ ਹੋਏ ਆ, ਫਿਰ ਉਹਨਾਂ ਨੂੰ ਗੰਦਾ ਪਾਣੀ ਪਿਆਓ, ਇਹ ਠੀਕ ਨਾ ਹੋ ਜਾਣ ਹੋਰ ਬਿਮਾਰ ਹੋ ਜਾਣ। ਮੁੜ ਕੇ ਮੈਂ ਵਾਟਰ ਵਰਕਸ ਦਾ ਪਾਣੀ ਬੰਦ ਕਰਾਇਆ, ਉਹ ਠੀਕ 5-7 ਦਿਨਾਂ ਤੋਂ ਠੀਕ ਹੋਇਆ, ਫਿਰ ਉਹ ਪਾਣੀ ਆਇਆ ਪੀਣ ਨੂੰ। ਉਹ ਗੰਦਾ ਪਾਣੀ ਪਸ਼ੂਆਂ ਦੇ ਪੀਣ ਨੂੰ ਯੋਗ ਵੀ ਨਹੀਂ, ਜਿਹੜਾ ਸਾਨੂੰ ਬੰਦਿਆਂ ਨੂੰ ਪਿਆਰੇ ਸੀ। ਤੇ ਜਿਸ ਤਰ੍ਹਾਂ ਭਾਜੀ ਕਹਿ ਰਹੇ ਤੁਸੀਂ ਸਾਰੇ ਵੇਖਿਆ ਕਿ ਨਹਿਰ 'ਚ ਗੰਦਾ ਪਾਣੀ ਆ ਰਿਹਾ, ਉਹੀ ਨਹਿਰਾਂ ਦਾ ਗੰਦਾ ਪਾਣੀ ਉਹ ਟੂਟੀਆਂ ਨਹੀਂ ਛੱਡਿਆ ਜਾਂਦਾ, ਉਹੀ ਪਾਣੀ ਖੇਤਾਂ ਨੂੰ, ਤੇ ਕਿਸਾਨ ਕਿਵੇਂ ਪਾਣੀ ਲਾਏਗਾ। ਸਾਨੂੰ ਸਾਫ਼ ਪਾਣੀ ਦੇਣ ਦੀ ਬਜਾਏ ਇਹਨਾਂ ਨੇ ਇੰਨਾ ਗੰਦਾ ਪਾਣੀ, ਉਹ ਕਾਲਾ ਪਾਣੀ ਸਾਡੇ ਘਰਾਂ ਤੱਕ ਪਹੁੰਚਾਤਾ।
इस करके मैं सरकार नूं बेनती करता हां कि सानू साडे किसानां नूं मजदूरां नूं ऐदा काले पानी वांगू ना मारो पंजाब च लाके कि वो काला पानी तुसी पंजाब च लिआंदा कि बिल कैंसल ना करिए इन्हां नूं काले पानी दे मुश्क विचों उझाल के ਤਾਂ ਕਿ ਬੇਹੋਸ਼ ਹੋ ਜਾਣ ਇਹ ਨਾ ਬੋਲਣ ਅਸੀਂ ਤਾਂ ਬੋਲਾਂਗੇ ਕਿਉਂਕਿ ਸਾਡੀ ਜ਼ਮੀਰ ਜਾਗਦੀ ਹੈ ਜਦੋਂ ਸਾਡੀ ਜ਼ਮੀਰ ਜਾਗਦੀ ਅਸੀਂ ਬੋਲਾਂਗੇ ਅਸੀਂ ਬਿੱਲ ਵੀ ਕੈਂਸਲ ਕਰਾ ਕੇ ਰਵਾਂਗੇ ਤੇ ਇਹ ਕਾਲਾ ਪਾਣੀ ਨਹੀਂ ਅਸੀਂ ਪੀਣਾ ਸਾਫ਼ ਸੁਥਰਾ ਪਾਣੀ ਪੀਣਾ ਸਰਕਾਰੇ ਜਾਗ ਜਾ ਸੈਂਟਰ ਸਰਕਾਰ ਨੂੰ ਮੈਂ ਪਹਿਲਾਂ ਵੀ ਚੇਤਾਵਨੀ ਹੁਣ ਵੀ ਚੇਤਾਵਨੀ ਦਿੰਦਾ ਕਿ ਤੁਸੀਂ ਕਿਸਾਨਾਂ ਬਾਰੇ ਕੁਛ ਨਾ ਕੁਛ ਸੋਚੋ ਪੰਜਾਬ ਸਰਕਾਰ ਵੀ ਜਿਹੜੇ ਇੱਥੇ ਐਕਸ਼ਨ ਸਾਹਿਬ ਬੈਠੇ ਹਨ ਫਿਰੋਜ਼ਪੁਰ ਵਾਲੇ ਕਿਤੇ ਵੀ ਉਹਨਾਂ ਦੇ ਮਹਿਕਮੇ ਦੇ ਬੰਦੇ ਸੁਣਦੇ ਹਨ ਉਹਨਾਂ ਨੂੰ ਵੀ ਇਹ ਬੇਨਤੀ ਹੈ ਕਿ ਪਾਣੀ ਦਾ ਸੁਧਾਰ ਕਰੋ ਪੀਣ ਵਾਲਾ ਪਾਣੀ ਵੀ ਅਤੇ ਖੇਤੀ ਨੂੰ ਵੀ ਸਾਨੂੰ ਸਾਫ਼ ਪਾਣੀ ਦਿੱਤਾ ਜਾਵੇ ਤਾਂ ਕਿ ਅਸੀਂ ਪਹਿਲਾਂ ਹੀ ਬਹੁਤ ਪਰੇਸ਼ਾਨ ਹਾਂ ਸਾਡੀ ਪਰੇਸ਼ਾਨੀ ਦੂਰ ਕਰੋ ਔਰ ਸਾਡੀ ਕਿਸਾਨਾਂ ਦੀ ਮਦਦ ਕਰੋ ਨਾਲ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਕੱਤਰ ਹੋਣ ਦੀ ਲੋੜ ਹੈ ਇਹਨਾਂ ਨੇ ਦਿੱਲੀ ਵਿੱਚ ਵੀ ਵੰਡ ਪਾਈ ਸੀ ਦੋਰ ਪਾਰਟੀਆਂ ਨੂੰ ਆਪਦੇ ਬੰਦੇ ਨੂੰ ਖੜੇ ਕਰਕੇ ਕਹਿੰਦੇ ਸੀ ਵੀ ਇਹ ਮੰਨ ਗਏ ਹਨ ਇਸ ਤਰ੍ਹਾਂ ਹੀ ਇਹ ਸਾਨੂੰ ਉਲਝਾਉਣ ਦੀ ਕੋਸ਼ਿਸ਼ ਕਰਦੇ ਹੈ ਅਸੀਂ ਅਲੱਗ ਨਾ ਹੋਈ ਗਏ ਅਸੀਂ ਇਕੱਤਰ ਹੋਏ ਗਏ ਜਿੰਨੇ ਵੀ ਪਿੰਡਾਂ ਵਿੱਚੋਂ ਆ ਸਕਦੇ ਹਨ ਪਰ ਇਕੱਠੇ ਹੋਣ ਦੀ ਬਹੁਤ ਜ਼ਰੂਰਤ ਹੈ ਅਸੀਂ ਇਕੱਠ ਨੂੰ ਦਿਖਾਉਣਾ ਏਕਤਾ ਭਾਈਚਾਰਾ ਪ੍ਰੇਮ ਭਾਵਨਾ ਦਿਖਾਉਣੀ ਹੈ ਅਸੀਂ ਅਲੱਗ ਨਹੀਂ ਹੋਣਾ ਸਰਕਾਰਾਂ ਦਾ ਕੰਮ ਹੁੰਦਾ ਹੈ ਇਲੈਕਸ਼ਨ ਬਾਈ ਦੇ ਵਿੱਚ ਚਾਚੇ ਤਾਏ ਭੈਣ ਭਰਾਵਾਂ ਨੂੰ ਲੜਾਉਣਾ ਪਰ ਉਹ ਅਲੱਗ ਚੀਜ਼ ਹੈ ਇਹ ਸਾਡੀ ਰੋਟੀ ਹੈ ਅਸੀਂ ਆਪਣੀ ਰੋਟੀ ਦੀ ਖਾਤਰ ਲੜਦੇ ਹਾਂ ਕਿਉਂਕਿ ਕਿਸਾਨ ਦੀ ਜ਼ਿੰਮੇਦਾਰ ਦੀ ਰੋਜ਼ੀ ਰੋਟੀ ਹੈ ਰੋਜ਼ੀ ਰੋਟੀ ਦੀ ਖਾਤਰ ਅਸੀਂ ਲੜਨਾ ਹੈ ਅਸੀਂ ਸਾਡੇ ਕਿਸਾਨਾਂ ਨੇ ਗਰੀਬ ਦਾ ਵੀ ਢਿੱਡ ਭਰਨਾ ਹੈ ਭੁੱਖੇ ਧਿਆਇਆਂ ਦਾ ਵੀ ਢਿੱਡ ਭਰਨਾ ਹੈ ਇਸ ਕਰਕੇ ਸਾਨੂੰ ਵੀਰ ਜੀ ਸਾਥੀਓ ਇਕੱਤਰ ਹੋਣ ਦੀ ਲੋੜ ਹੈ।